ਅੱਜ ਤੋਂ ਮੈਂ ਆਪਦੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਸਵਾਲ ਕੀਤੇ ਨੇ ਇਹ ਸੋਸ਼ਲ ਮੀਡੀਆ ਦੇ ਉੱਪਰ ਆਏ ਨੇ ਔਰ ਕਈ ਰੋਜ਼ ਹੀ ਬਹੁਤ ਲੋਕ ਮੈਨੂੰ ਕਈ ਸਵਾਲ ਕਰਦੇ ਨੇ ਉਹਨਾਂ ਤੋਂ ਥੋੜੇ ਜਿਹਾ ਚੁਣ ਕੇ ਮੈਂ ਰੱਖੇ ਨੇ ਜਿਹੜੇ ਮੈਂ ਉਹਨਾਂ ਦਾ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਪਰ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਹਾਂ ਕਿ ਇੱਕ ਕਾਫੀ ਦਿਨਾਂ ਤੋਂ ਗੱਲ ਚੱਲ ਰਹੀ ਸੀ ਕਿ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਦੇ ਇਮਤਿਹਾਨ ਨਹੀਂ ਹੋ ਰਹੇ ਔਰ ਕੈਸੇ ਅੱਗੇ ਪ੍ਰੋਮੋਸ਼ਨ ਕੈਸੇ ਹੋਏਗੀ ਕਿਉਂਕਿ ਵਗੈਰਾ ਅਸੀਂ ਅੱਜ ਫੈਸਲਾ ਕਰ ਲੇਤਾ ਕਿ 5ਵੀਂ 8ਵੀਂ ਔਰ 10ਵੀਂ ਤੇ ਕੋਈ ਇਮਤਿਹਾਨ ਨਹੀਂ ਹੋਣੇ ਬੱਚੇ ਸਾਰਿਆਂ ਨੂੰ ਪਾਸ ਕੀਤਾ ਜਾਵੇਗਾ ਔਰ 12ਵੀਂ ਜਿਹੜੀ ਹੈ ਉਹ ਜੋ ਸੈਂਟਰ ਗਵਰਨਮੈਂਟ ਇਸ ਕਿਉਂਕਿ ਅधे ਤੋਂ ਜ਼ਿਆਦਾ ਉਹਨਾਂ ਦੇ ਇਮਤਿਹਾਨ ਹੋ ਚੁੱਕੇ ਨੇ ਜੋ ਫੈਸਲਾ ਗਵਰਨਮੈਂਟ ਆਫ ਇੰਡੀਆ ਕਰੇਗੀ CBSE ICSE ਜੋ ਵੀ ਹੈ ਉਹ ਸਾਰਾ ਕੁਝ ਉਹ 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 ਅਸੀਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਲੇਕਿਨ ਆ ਮੈਂ ਐਲਾਨ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਸਵਾਲ ਆਉਂਦੇ ਰਹਿੰਦੇ ਨੇ ਮੇਰੇ ਕੋਲ ਤੋਂ ਜ਼ਰੂਰੀ ਹੈ ਕਿ ਇਸ ਸਮੇਂ ਆ ਕੇ ਬੱਚਿਆਂ ਨੂੰ ਪਤਾ ਹੋਏ ਕਿ ਅੱਗੇ ਉਹਨਾਂ ਦਾ ਕੀ ਬਣਨਾ ਹੈ ਔਰ ਕਿੱਥੇ ਕਿਹੜੇ ਕਲਾਸਾਂ ਦੇ ਵਿੱਚ ਜਾਣਗੇ ਹੋਰ ਜਿਹੜੇ ਤੁਸੀਂ ਸਵਾਲ ਕੁਝ ਕੀਤੇ ਨੇ ਇੱਕ ਤਾਂ ਕਿਹਾ ਕਿ ਜਿਹੜੇ ਲੋਕ ਹੁਣ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਕੋਈ ਵਿਹਾਰ ਜਾ ਰਿਹਾ ਕੋਈ ਝਾਰਖੰਡ ਕੋਈ ਓਡੀਸ਼ਾ ਕੋਈ ਯੂਪੀ ਵਗੈਰਾ ਅੰਗਰੇਜ਼ ਆ ਰਹੇ ਨੇ ਤਾਂ ਸਾਡੇ ਇੰਡਸਟਰੀ ਤੇ ਐਗਰੀਕਲਚਰ ਦਾ ਕੀ ਹੋਊਗਾ ਔਰ ਆਪਸੀਂ ਕਿਵੇਂ ਉਹਨਾਂ ਨੂੰ ਰੋਕ ਸਕਦੇ ਨੇ ਦੇਖੋ ਜਿਹੜਾ ਕੋਈ ਦੂਰ ਹੈ ਘਰ ਤੋਂ ਅੱਜ ਬੜੇ ਪੰਜਾਬੀ ਉਰ ਆਉਣਾ ਚਾਹੁੰਦੇ ਨੇ ਵਾਪਸ ਜਿਹੜੇ ਦੂਜੇ ਸ਼ਬਿਆਂ 'ਚ ਬੈਠੇ ਨੇ ਕਿਉਂਕਿ ਹਰ ਬੰਦੇ ਦੀ ਖਾਹਿਸ਼ ਹੁੰਦੀ ਹੈ ਕਿ ਅਸੀਂ ਆਪਣੇ ਘਰਾਂ ਜਾਈਏ ਖਾਸ ਕਰਕੇ ਜਦੋਂ ਔਕੀ ਘੜੀ ਦੇ ਵਿੱਚ ਹੈ ਜੈਸੇ ਹੁਣ ਪੰਜਾਬ ਰੰਗ ਰਿਹਾ ਹੈ ਉਹ ਆਉਣਾ ਚਾਹੁੰਦੇ ਨੇ ਵਾਪਸ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਐਸੀ ਆਪਾਂ ਨੂੰ ਕਿਵੇਂ ਰੋਕ ਸਕਦੇ ਹਾਂ ਉਹਨਾਂ ਨੂੰ ਜੋ ਜਿੰਨਾਂ ਨੇ ਕਿਹਾ ਸੀ ਕਿ ਅਸੀਂ ਜਾਣਾ ਚਾਹੁੰਦੇ ਆਂ ਅਸੀਂ ਤਾਂ ਉਹਨਾਂ ਵਾਸਤੇ ਟ੍ਰੇਨਾਂ ਵੀ ਕੀਤੀਆਂ ਨੇ ਕਿਉਂਕਿ ਧਿਆਨ ਨੇ ਟ੍ਰੇਨਾਂ ਸੀ ਕਿਉਂਕਿ ਜਿਹੜਾ ਬੰਦਾ ਆਪਣਾ ਰੋਟੀ ਨਹੀਂ ਖਾ ਸਕਦਾ ਜਿਹੜੀ ਜਿਨ੍ਹਾਂ ਨੂੰ ਅਸੀਂ ਰੋਟੀ ਆਪ ਦੇ ਰਹੇ ਆਂ ਪੰਜਾਬ ਸਰਕਾਰ ਦੇ ਰਹੀ ਹੈ ਉਹਨਾਂ ਨੂੰ ਉਹ ਕਿੱਥੋਂ ਆਪਣਾ ਟਿਕਟ ਲੋਗਾ ਅੱਗੇ ਅੱਗੇ ਜਾਣ ਵਾਸਤੇ ਆਪਣੇ ਘਰ ਉਸ ਲਈ ਅਸੀਂ ਟ੍ਰੇਨਾਂ ਵੀ ਕੀਤੀਆਂ ਨੇ ਲੇਕਿਨ ਇੰਨੀ ਖੁਸ਼ੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਉਹ ਹੀ ਹੈ ਕਿ ਜਿਹੜੀ ਅੱਜ ਟ੍ਰੇਨਾਂ ਜਾਣੀਆਂ ਸੀਆਂ ਉਹਨਾਂ ਦੇ ਵਿੱਚੋਂ 35 ਫੀਸਰੀ ਜਿਨ੍ਹਾਂ ਨੇ ਨਾਮ ਦਿੱਤੇ ਸੀ ਜਾਣ ਵਾਸਤੇ ਉਹ ਨਹੀਂ ਗਏ ਉਹਦਾ ਮਤਲਬ ਕਿ ਉਹ ਹੁਣ ਸਮਝਦੇ ਨੇ ਕਿ ਪੰਜਾਬ ਦੀ ਇੰਡਸਟਰੀ ਦੇ ਵਿੱਚ ਉਹ ਕੰਮ ਕਰਨਾ ਚਾਹੁੰਦੇ ਨੇ ਜਾਂ ਪੰਜਾਬ ਦੀ ਹੁਣ ਫਸਲ ਲੱਗਣੀ ਹੈ ਅਗਲੀ ਉਹਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਇਹ ਖੁਸ਼ੀ ਦੀ ਬਾਤ ਹੈ ਔਰ ਮੈਂ ਸਮਝਦਾ ਕਿ ਹੋਰ ਵੀ ਇਹਨਾਂ ਵਿੱਚੋਂ ਕਿਉਂਕਿ 13 ਲੱਖ ਆਪਣੇ ਕੋਲ ਮਾਈਗ੍ਰੈਂਟ ਵਰਕਰ ਹੈ ਔਰ 13 ਲੱਖ ਦੇ ਵਿੱਚੋਂ ਅਗਰ ਅੱਧੇ ਤੋਂ ਜ਼ਿਆਦਾ ਰੁਕ ਜਾਣ ਪੰਜਾਬ ਦੇ ਹਾਲਾਤ ਹੋਰ ਸੁਰਤਜਾਨਗੇ ਇਹ 13 ਲੱਖ 80 ਸਰਫ 10 ਲੱਖ ਨੇ ਆਪਣੇ ਨਾਮ ਦਿੱਤੇ ਸੀ ਉਹਨਾਂ ਚੋਂ 35% ਦੀ ਇਹਨੇ ਕਿਹਾ ਕਿ ਅਸੀਂ ਨਹੀਂ ਜਾਣਾ ਤੋਂ ਦੇਖ ਲਓ ਅੱਧਾ 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 ਹੱਦ ਤਕਰੀਬਨ ਹੋ ਗਿਆ ਉਹ ਸਾਡੇ ਖੇਤੀਬਾੜੀ ਵਾਸਤੇ ਵੀ ਔਰ ਸਾਡੇ ਇੰਡਸਟਰੀ ਵਾਸਤੇ ਵੀ ਇਹਦਾ ਫਾਇਦਾ ਹੈ ਫਿਰ ਤੁਸੀਂ ਕਿਹਾ ਸੀ ਕਿ ਕਈ ਅਸੀਂ ਫਸੇ ਹੋਏ ਆ ਬਾਹਰਲੇ ਮੁਲਕਾਂ ਦੇ ਵਿੱਚ ਔਰ ਅਸੀਂ ਆਉਣਾ ਚਾਹੁੰਦੇ ਆ ਇਹ ਹੁਣ ਕੈਸੀ ਆਈ ਹੈ ਕਿਉਂਕਿ ਕੋਵਿਡ 19 ਆ ਗਈ ਇਸ ਦੇ ਬਾਰੇ ਗਵਰਨਮੈਂਟ ਆਫ ਇੰਡੀਆ ਨੇ ਉਹ ਫੈਸਲੇ ਕਰ ਦਿੱਤੇ ਨੇ ਜਾਰ ਇੰਡੀਅਨ ਨੇਵਲ ਦੇ ਸ਼ਿਪਸ ਜਿਹੜੇ ਨੇ ਸਮੁੰਦਰੀ ਜਹਾਜ਼ ਜਿਹੜੇ ਨੇ ਉਹ ਹੁਣ ਗਲਫ ਸਟੇਟਾਂ ਦੇ ਵਿੱਚ ਉੱਥੇ ਗਏ ਹੋਏ ਨੇ ਬੰਦਿਆਂ ਨੂੰ ਲੈਣ ਵਾਸਤੇ ਔਰ ਜਿਹੜੇ 에ਅਰ ਇੰਡੀਆ ਦੇ ਹੋਰ ਹੋਰ ਜਹਾਜ਼ਾਂ ਦਾ ਤਾਂ ਮੈਨੂੰ ਨਹੀਂ ਪਤਾ ਲੇਕਿਨ 에ਅਰ ਇੰਡੀਆ ਦੇ 74 ਫਲਾਈਟਸ ਬੁੱਕ ਕੀਤੀਆਂ ਨੇ ਸਾਰੀ ਦੁਨੀਆ ਚੋਂ ਆਪਣੇ ਜਿਹੜੇ ਹਿੰਦੁਸਤਾਨੀ ਵਾਪਸ ਆਉਣਾ ਚਾਹੁੰਦੇ ਨੇ ਸਾਰ ਉਹਨਾਂ ਨੂੰ ਲੈ ਕੇ ਆਉਣ ਵਾਸਤੇ ਕਲੀ ਮੈਨੂੰ ਪਤਾ ਹੈ ਦੂਸਰੇ ਵੀ ਮੇਰਾ ਕਿ ਲੇਅਰ ਲਾਈਨਸ ਵਗੈਰਾ ਗਵਰਨਮੈਂਟ ਆਫ ਇੰਡੀਆ ਵਰਥੇਗੀ ਔਰ ਸਾਰੇ ਜਿੱਥੇ ਸਾਡੇ ਲੋਕ ਬੈਠੇ ਨੇ ਉਹਨਾਂ ਨੂੰ ਲਿਉਣ ਦੀ ਕੋਸ਼ਿਸ਼ ਕਰਨਗੇ ਐਸੇ ਇਸੇ ਤਰੀਕੇ ਨਾਲ ਯੂਕੇ ਆਪਣੇ ਬੰਦਿਆਂ ਨੂੰ ਉਰੋਂ ਲੈ ਗਈ ਮਲੇਸ਼ੀਆ ਆਪਣੇ ਬੰਦਿਆਂ ਨੂੰ ਰੋਹਿੰਦੋਸਤਾਨ ਤੋਂ ਲੈ ਗਏ ਨੇ ਉਸੇ ਤਰੀਕੇ ਨਾਲ ਅਸੀਂ ਆਪਣੇ ਲੋਕਾਂ ਨੂੰ ਜਿਹੜੇ ਆਉਣਾ ਚਾਹੁੰਦੇ ਨੇ ਉੱਥੋਂ ਲੈ ਕੇ ਆਉਣ ਵਾਸਤੇ ਤਿਆਰ ਤਿਆਰੀ ਕਰ ਰਹੇ ਹਾਂ ਤੁਸੀਂ ਫਿਰ ਇਹ ਵੀ ਪੁੱਛਿਆ ਮੈਨੂੰ ਕਿ ਟੈਸਟ ਆਪਾਂ ਜਿਆਦਾ ਕਿਉਂ ਨਹੀਂ ਕਰਦੇ ਸਾਦਰ ਨਹੀਂ ਆਪਣੇ ਕੋਲ ਸਾਧਨ ਇਸ ਮਤਲਬ ਸਰ ਲੈਬੋਰਟਰੀ ਨਹੀਂ ਸਾਡੇ ਐਨੀ ਕਿ ਪੈਸੇ ਨਹੀਂ ਹੈ ਲੈਬੋਰਟਰੀਆਂ ਨਹੀਂ ਉਹ ਲੈਬੋਰਟਰੀਆਂ ਜਦ ਸ਼ੁਰੂ ਹੋਇਆ ਸੀ ਕੋਵਿਡ ਸਾਡੇ ਕੋਲ ਜਾਂ ਤਾਂ ਮੈਡੀਕਲ ਕਾਲਜ ਅਮਰitsar ਜਾਂ ਮੈਡੀਕਲ ਕਾਲਜ ਪਟਿਆਲਾ ਜਾਂ ਪੀਜੀਆਈ ਚੰਡੀਗੜ੍ਹ ਤਿੰਨ ਜਗ੍ਹਾ ਹੁੰਦੇ ਸੀ ਔਰ ਉਹ ਵੀ 4400 400 ਔਰ 400 ਔਰ ਮਿਲ 300 ਕੋਈ 1100 ਦੇ ਕਰੀਬ ਔਰ ਆਪਣੀ ਆਬਾਦੀ ਕਿੰਨੀ ਹੈ 32 ਮਿਲੀਅਨ 3.2 ਕਰੋੜ ਤਾਂ 1100 ਨਾਲ ਤਾਂ ਕੁਝ ਵੀ ਨਹੀਂ ਇਸ ਵੇਨੇ ਵੀ ਅਸੀਂ 2500 ਤੇ ਪਹੁੰਚੇ ਹੋਏ ਆਂ ਔਰ ਇਹ ਮੇਰਾ ਖਿਆਲ ਜੂਨ ਤੱਕ ਅਸੀ 8000 ਤੱਕ ਲੈ ਜਾਗੇ ਪਰ 8000 ਵੀ ਕੁਛ ਨਹੀਂ ਇਸ ਤਰੀਕੇ ਦੀ ਆਬਾਦੀ ਆ ਸਾਡੀ ਸਾਨੂੰ ਤਾਂ ਇਹ ਤੁਸੀਂ ਸੁਣਦੇ ਹੋ ਨੇ ਓ ਟੈਲੀਵਿਜ਼ਨ ਤੇ ਜਦ ਇਹ ਮਹਾਰਾਉਂਦੇ ਨੇ ਓ ਟੈਲੀਵਿਜ਼ਨ ਤੇ ਇਹੀ ਕਹਿੰਦੇ ਨੇ ਟੈਸਟ 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 ਅਗੇਨ ਐਂਡ ਟੈਸਟ ਅਗੇਨ ਐਂਡ ਕੀਪ ਟੈਸਟਿੰਗ ਕਿਉਂਕਿ ਟੈਸਟਿੰਗ ਨਾਲ ਹੀ ਪਤਾ ਲੱਗਦਾ ਹੈ ਕਿ ਕਿੰਨੇ ਸਾਡੇ ਇੱਥੇ ਪਹਿਲੇ ਹੋਇਆ ਕੰਮ ਔਰ ਇਹ ਸਾਰੇ ਹਿੰਦੁਸਤਾਨ ਚ ਸਿਰਫ ਪੰਜਾਬ ਚ ਨਹੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇਹੀ ਗੱਲ ਇਹ ਫੈਲੀ ਹੋਈ ਹੈ ਹੁਣ ਜਿਹਦੇ ਨਾਲ ਹਰ ਸੂਬੇ ਦੇ ਵਿੱਚ ਇਹ ਹੁਣ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਟੈਸਟਿੰਗ ਦੀ ਕਾਟ ਹੈ ਸੋ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਟੈਸਟਿੰਗ ਦੀ ਅਸੀਂ ਸਾਰੇ ਮਹਿਸੂਸ ਕਰਦੇ ਆ ਮੇਰਾ ਖਿਆਲ ਕੋਈ ਸੂਬਾ ਨਹੀਂ ਜਿਹੜਾ ਮਹਿਸੂਸ ਨਹੀਂ ਕਰਦਾ ਗਵਰਨਮੈਂਟ ਆਫ ਇੰਡੀਆ ਵੀ ਮਹਿਸੂਸ ਕਰਦੀ ਹੈ ਔਰ ਸਾਡੀ ਕੋਸ਼ਿਸ਼ ਹੋ ਰਹੀ ਹੈ ਕਿ ਅਸੀਂ ਇਹ ਟੈਸਟਿੰਗ ਦੇ ਸਾਧਨ ਬਧਾਈਏ ਔਰ ਉਹਦੇ ਵਾਸਤੇ ਅਸੀਂ ਨਵੀਂ ਮਸ਼ੀਨਰੀ ਨਵੀਂ ਇਕਵਿਪਮੈਂਟ ਜਿਹੜੀ ਚਾਹੀਦੀ ਹੈ ਸਾਡੇ ਲੈਬਾਰਟਰੀਜ਼ ਵਾਸਤੇ ਨਮੀਆ ਲੈਬਾਰਟਰੀਆ ਔਰ ਟੈਸਟਿੰਗ ਦਾ ਜਿਹੜਾ ਸਮਾਨ ਹੈ ਉਹ ਸਾਰਾ ਅਸੀਂ ਹੁਣ ਮੰਗਵਾਇਆ ਹੋਇਆ ਔਰ ਉਹ ਆਏਗਾ ਔਰ ਅਸੀਂ ਇਸ ਬਤੌਣਾ ਚਾਹੁੰਦੇ ਨੇ ਲੇਕਿਨ ਜਿਵੇਂ ਮੈਂ ਕਿਹਾ ਇਹ ਪੂਰੇ ਹਿੰਦੁਸਤਾਨ ਚ ਆਪਾਂ ਨੂੰ ਟੈਸਟਿੰਗ ਕਰਾਉਣ ਦੀ ਬਹੁਤ ਲੋੜ ਹੈਗੀ ਇਸ ਵੇਲੇ ਇੱਕ ਹੀ ਥੋੜਾ ਸਵਾਲ ਸੀ ਕਿ ਡਰਾਈ ਰਾਸ਼ਨ ਸਾਡੇ ਜਿਹੜੇ ਗਰੀਬਾਂ ਨੂੰ ਨਹੀਂ ਮਿਲ ਰਿਹਾ ਮੈਨੂੰ ਹੈਰਾਨੀ ਦੀ ਗੱਲ ਹੈ ਕਿਉਂਕਿ ਜੋ ਅਸੀਂ ਅੱਜ ਪੰਜਾਬ ਦੇ ਵਿੱਚ ਕੀਤਾ ਹੈ ਮੇਰਾ ਖਿਆਲ ਕਿਸੀ ਸੂਬੇ ਨੇ ਕੀਤਾ ਹੋਇਆ ਨਹੀਂ ਹੁਣ ਮੈਂ ਹੋਰ ਸੂਬਿਆਂ ਦੀ ਗੱਲ ਨਹੀਂ ਕਰ ਸਕਦਾ ਲੇਕਿਨ ਸਾੜੀ ਆਬਾਦੀ ਮੈਥੋਂ 3 ਕਰੋੜ ਤੋਂ ਜ਼ਿਆਦਾ ਹੈ ਔਰ 2 ਕਰੋੜ ਤੋਂ ਉੱਪਰ ਅਸੀਂ ਗਰੀਬਾਂ ਨੂੰ ਪੈਕੇਟ ਖਾਣੇ ਦੇ ਅਸੀਂ ਦੇ ਚੁੱਕੇ ਹਾਂ ਉਹਨਾਂ ਦੇ ਕੋਲ ਉਹਨਾਂ ਨੇ ਇਸ ਤੋਂ ਇਲਾਵਾ ਅਸੀਂ ਕਈਆਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਸੀ ਉਹ ਰੋਟੀ ਬਣੀ ਹੋਈ ਰੋਟੀ ਖਾਣਾ ਚਾਹੁੰਦੇ ਸੀ ਉਹ ਵੀ ਦਿਨ ਪਰ ਦਿਨ ਉਹਨਾਂ ਦੇ ਪੈਕੇਟ ਵਧਾਏ ਜਾ ਰਹੇ ਨੇ ਔਰ ਉਹਨਾਂ ਨੂੰ ਦੇ ਰਹੇ ਹਾਂ ਤਾਂ ਕਿ ਉਹਨਾਂ ਨੂੰ ਰੋਟੀ ਉਹ ਸਾਧਨ ਮਿਲ ਸਕਣ لیکن اے چیزاں جڑیਆਂ ہو ریਆਂ ਨੇ اے کسی کوئی رہ گیا ہوئے این ਮੈਨੂੰ ਪਤਾ ਕਿਉਂ رہ گیا ہوئے ਕਿਉਂਕਿ ਸਾਡੇ ਅ ਪਹਿਲਾ ਤਾਂ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਫੂਡ ਡਿਪਾਰਟਮੈਂਟ ਸਾਡੇ ਐਨ ਜੀਓਜ਼ ਸਾਡੇ ਗੁਰਦੁਆਰੇ ਸਹਿਬਾਨ ਸਾਡੇ ਜਿਹੜੇ ਵੀ ਲੱਗੇ ਹੋਏ ਨੇ ਸਾਰੇ ਲੱਗੇ ਹੋਏ ਨੇ ਅਸੀਂ ਕੰਮ ਵਿੱਚ ਕਿ ਲੋਕਾਂ ਨੂੰ ਕਿਸੇ ਨੂੰ ਭੁੱਖਾ ਸੌਣ ਹੀ ਨਹੀਂ ਦੇਣਾ ਪੰਜਾਬ ਦੇ ਵਿੱਚ ਔਰ ਇਹ ਹੀ ਸਾਡਾ ਜਵਾਬ ਸੀ ਕਿ ਅਸੀਂ ਕਿਸੇ ਨੂੰ ਪੰਜਾਬ ਦੇ ਵਿੱਚ ਭੁੱਖਾ ਨਹੀਂ ਸੌਣ ਦੇਵਾਂਗੇ ਤੋ ਇਹ ਪਤਾ ਨਹੀਂ ਮੈਂ ਕਿਉਂ ਹੋਇਆ ਇਹਨੂੰ ਵਰਦੇ ਥੋੜੀ ਜਿਹੀ ਪੁੱਛਿਆ ਇਹ ਵੀ ਮੈਂ ਚੈੱਕ ਕਰਾਂਗਾ ਲੇਕਿਨ ਇਹ ਇਹ ਗੱਲ ਹੈ ਇਹਦੀ ਤੁਸੀਂ ਇੱਕ ਇਹਨੇ ਪੁੱਛਿਆ ਕਿ ਕੱਲ ਅਸੀਂ ਤੁਹਾਡਾ ਨੂਰ ਦੇ ਨਾਲ ਟਿਕਟੌਕ ਸਟਾਰ ਟਿਕਟੌਕ ਸਟਾਰ ਦੇ ਉੱਪਰ ਤੁਸੀਂ ਤੁਹਾਨੂੰ ਦੇਖਿਆ ਸੀ ਇਹ ਤੁਸੀਂ ਉਸੇ ਮੈਂ ਹੀ ਸੀ ਤੁਸੀਂ ਮੈਨੂੰ ਪਛਾਣਦੇ ਨਹੀਂ ਕੀ ਪਛਾਣ ਸਕਦੇ ਹੋ ਤੁਸੀਂ ਮੈਨੂੰ ਦੇਖ ਸਕਦੇ ਹੋ ਖਵਾਰਾ ਤਾਂ ਦਿਖਦਾ ਹੈ ਔਰ ਮੇਰੀ ਤਸਵੀਰ ਸੀ ਉੱਥੇ ਔਰ ਬੱਚੀ ਨਾਲ ਮੇਰੀ ਗੱਲ ਹੋ ਚੁੱਕੀ ਤਾਂ ਬੜੀ achi achi interaction ਬੜੀ ਕਾਬਲ ਬੱਚੀ ਹੈ ਵਾਹਿਗੁਰੂ ਨੂੰ ਲੰਬੀ ਉਮਰ ਬਖਸ਼ੇ ਫਿਰ ਤੁਸੀਂ ਵਾਈ ਡੂ ਨਾਟ ਐਕਸਟੈਂਡ ਏਟ ਕਰਫਿਊ ਰਾਈਟ ਨਾਉ ਇਹ ਵਾਈ ਤੁਸੀਂ ਕਿਉਂ ਆਪਣੇ ਕਰਫਿਊ ਨੂੰ ਇਸ ਵੇਲੇ ਵਧਾ ਦਿਓ ਇਹਨੂੰ ਸਲੋਲੀ ਕਿਉਂ ਖੋਲ ਰਹੇ ਹੋ ਕੱਲ੍ਹ ਹੀ ਹੈ ਕਿ ਬਹੁਤ ਲੋਕ ਨੇ ਜਿਨ੍ਹਾਂ ਦੇ ਛੋਟੇ ਛੋਟੇ ਕੰਮ ਨੇ ਉਹਦੇ ਵਿੱਚ ਅੱਠ ਪੂਰਾ ਪਰਿਵਾਰ ਬੈਠਾ ਕਿੰਨੇ ਦਿਨ ਬੈਠੇ ਰਹਿਣਗੇ ਨੋ ਦੁਖੀ ਹੋ ਜਾਂਦੇ ਤੰਗ ਹੋ ਜਾਂਦੇ ਨੇ ਬਾਹਰ ਜਾਣ ਦੀ ਲੋਟ ਹੁੰਦੀ ਔਰ ਸਾਨੂੰ ਡਾਕਟਰਾਂ ਨੇ ਕਿਹਾ ਕਿ ਸਾਈਕੋਲੋਜੀਕਲ ਇੰਪੈਕਟ ਪੈ ਜਾਂਦਾ ਬੱਚਿਆਂ ਤੇ ਤੋ ਇਸ ਕਰਕੇ ਜ਼ਰੂਰੀ ਸੀ ਕਿ ਥੋੜੇ ਦੇਰ ਵਾਸਤੇ ਅਸੀਂ ਖੋਲਿਏ ਇਹ ਜ਼ਰੂਰ ਹੈ ਕਿ ਕੋਵਿਡ ਤੋਂ ਧਿਆਨ ਰੱਖਣਾ ਆਪਾਂ ਨੂੰ ਪਊ ਲੇਕਿਨ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਦੀ ਮੈਂਟਲ ਹੈਲਥ ਜਿਹੜੀ ਹੈ ਔਰ ਉਹਨਾਂ ਦੀ ਸਿਹਤ ਨੂੰ ਠੀਕ ਰੱਖਣਾ ਇਹ ਵੀ ਬਹੁਤ ਸਾਡੇ ਵਾਸਤੇ ਜ਼ਰੂਰੀ ਹੈ ਤਾਂ ਅਸੀਂ ਖੋਲਿਆ 5 ਘੰਟੇ ਔਰ ਉਹਨਾਂ ਨੂੰ ਜਾਣ ਬਾਹਰ ਜਾਣ ਦੀ ਰਾਹਤ ਦਿੱਤੀ ਹੈ ਔਰ ਇੱਕ ਸਮੇਂ ਆਊਗਾ ਸ਼ਾਇਦ ਅਗੇ ਨੂੰ ਅਗਰ ਹਾਲਾਤ ਠੀਕ ਰਹੇ ਕਿ ਅਸੀਂ ਇਹਨੂੰ ਹੋਰ ਵੀ ਅੱਗੇ ਵਧਾ ਸਕਾਂਗੇ ਲੇਕਿਨ ਇਹ ਤੁਹਾਡੇ ਹੱਥ ਦੇ ਵਿੱਚ ਹੈ ਅਗਰ ਤੁਸੀਂ ਜਾ ਜਾਓਗੇ ਬਾਹਰ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਗਈਆਂ ਨੇ ਉਸ ਤੇ ਤੁਸੀਂ ਆਪਣਾ ਅਮਲ ਕਰੋਗੇ ਜੈਸੇ ਹੱਥ ਧੋਣਾ ਜਦ ਵਾਪਸ ਆਓਗੇ ਜਾਣ ਲਗੇ ਮਾਸਕ ਪਾਉਣਾ ਸ਼ਾਇਦ ਜਦ ਤੁਸੀਂ ਘੁੰਮੋਗੇ ਬਾਜ਼ਾਰਾਂ ਦੇ ਵਿੱਚ ਬਿਲਕੁਲ ਮਾਸਕ ਦੇ ਬਗੈਰ ਕਿਸੇ ਨੇ ਨਹੀਂ ਜਾਣਾ ਇਹ ਕਰੋਗੇ ਫਿਰ ਜੋ ਡਾਕਟਰਾਂ ਨੇ ਹੋਰ ਕਿਹਾ ਤੁਹਾਨੂੰ ਸੋਸ਼ਲ ਡਿਸਟੈਂਸਿੰਗ ਰੱਖਣੀ ਨਾਲੇ ਹੱਥ ਧੋਣਾ ਇਹ ਤੁਸੀਂ ਗੱਲਾਂ ਕਰਦੇ ਰਹੋ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਪਣਾ ਠੀਕ ਚੱਲੂਗਾ ਔਰ ਤੁਹੋ ਰਾਹਤ ਜਿਹੜੀ ਮਿਰੀ ਹੈ ਉਹਦਾ ਸਾਈਕੋਲੋਜੀਕਲੀ ਵੀ ਔਰ ਲੋਕਾਂ ਦੀ ਸਿਹਤ ਤੇ ਵੀ ਇਹਦਾ ਠੀਕ ਰਹੂਗਾ ਇੱਕ ਥੋੜਾ ਇਹ ਜੇ ਸਵਾਲ ਤਾਂ ਨਹੀਂ ਲੇਕਿਨ ਤੁਸੀਂ ਆਪਣੀ ਗੱਲ ਕਹੀ ਹੈ ਕਿ ਮੈਂ ਇੱਕ ਕੰਸਟਰਕਸ਼ਨ ਵਰਕਰ ਹੈ ਤੇ ਮੈਨੂੰ 6000 ਰੁਪਏ ਮਿਲੇ ਨੇ ਥੋੜੇ ਪੰਜਾਬ ਸਰਕਾਰ ਤੋਂ ਤਰਵਾਦ ਸ ਏ ਧੰਨਵਾਦੀ ਦਾ ਕੋਈ ਧੰਨਵਾਦੀ ਨਹੀਂ ਤਾਂ ਤੁਸੀਂ ਨੇ ਸਭ ਤੁਹਾਡਾ ਤੁਹਾਡਾ ਇਹ ਹੱਕ ਬੰਦਾ ਸੀ ਔਰ ਅਸੀਂ ਇਹ ਮਾਰਚ ਵਿੱਚ 3000 ਦਿੱਤਾ ਸੀ ਔਰ ਅਪ੍ਰੈਲ ਵਿੱਚ 3000 ਅਸੀਂ ਤੁਹਾਨੂੰ ਦਿੱਤਾ ਸੀ ਇਹ ਤੁਹਾਡੀ ਡਿਊ ਸੀ ਤੁਸੀਂ ਇਹਨਾਂ ਕੰਮ ਕਰਦੇ ਹੋ ਔਰ ਮੈਨੂੰ ਖੁਸ਼ੀ ਹੈ ਕਿ ਇਹ ਸਾਰਿਆਂ ਨੂੰ ਪਹੁੰਚ ਗਿਆ ਔਰ ਤੁਸੀਂ ਆਪਣਾ ਕੰਮ ਜੋ ਪੰਜਾਬ ਦੇ ਲਈ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਜਿਹੜਾ ਤੁਹਾਡੀ ਮਿਹਨਤ ਹੋਗੀ ਇਹ ਸਾਡੇ ਸੂਬੇ ਨੂੰ ਹੋਰ ਤੱਕ ਰੱਖਦਾ ਆ। ਅ ਸਾਡੇ ਡਾਕਟਰ ਬੜੇ ਮਹਾਨ ਨੇ ਤੁਸੀਂ ਪੁੱਛਿਆ ਹੈ ਕਿ ਸਾਡੇ ਡਾਕਟਰ ਹੈ ਇਹ ਲੜਾਈ ਨਾਲ ਲੜ ਸਕਦੇ ਨੇ ਡਾਕਟਰ ਤਾਂ ਸਾਰੀ ਦਵਾਈ ਨਾਲ ਇਹਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਜੋ ਸਿਖਲਾਈ ਹੈ ਜੋ ਸਾਰੀ ਉਮਰ ਦਾ ਤਜਰਬਾ ਹੈ ਇਹ ਤਾਂ ਸਾਰੀ ਚੀਜ਼ ਨਾਲ ਲੜ ਸਕਦੇ ਨੇ ਲੇਕਿਨ ਦੁਨੀਆ ਨੂੰ ਇਹ ਨਹੀਂ ਪਤਾ ਅਜੇ ਕਿ ਕੋਵਿਡ ਚੀਜ਼ ਕੀ ਹੈ ਇਹ ਜਦੋਂ ਉੱਥੋਂ ਪਤਾ ਲੱਗੂਗਾ ਇੱਕ ਵਾਇਰਸ ਹੈ ਸਾਨੂੰ ਪਤਾ ਹੈ ਲੇਕਿਨ ਕਹਿੰਦੇ ਨੇ ਇਹ ਆਪਣਾ ਮਿਊਟੇਟ ਕਰਦਾ ਰਹਿੰਦਾ ਹੈ ਬਦਲਦਾ ਰਹਿੰਦਾ ਹੈ ਆਪਣੇ ਆਪ ਉਸ ਚੀਜ਼ ਨੂੰ ਮਿਊਟੇਸ਼ਨ ਵਾਸਤੇ ਵੀ ਇਹ ਅਜੇ ਤੁਸੀਂ ਦਵਾਈ ਬਣੋ ਕਦੇ ਉਹਦਾ ਉਹਦਾ ਮਿਊਟੇਸ਼ਨ ਕੁਝ ਹੋਰ ਬਣ ਗਈ ਫਿਰ ਕੋਈ ਹੋਰ ਦਵਾਈ ਪਾੜੋ ਇਹ ਚੀਜ਼ਾਂ ਚੱਲਦੀਆਂ ਨਹੀਂ ਲੇਕਿਨ ਇਸ ਵੇਲੇ ਸਾਰੀ ਦੁਨੀਆ ਦੀ ਫਾਰਮਾਸਿਊਟੀਕਲ ਕੰਪਨੀ ਔਰ ਲੈਬਾਰਟਰੀਜ਼ ਕੰਮ ਚ ਲੱਗੇ ਹੋਏ ਨੇ ਪਤਾ ਲੱਗ ਰਿਹਾ ਹੈ ਇਜ਼ਰਾਈਲ ਨੇ ਕੋਈ ਅੱਗੇ ਕੁਝ ਕੁਝ ਕੱਢ ਲੇਤਾ ਕੁਝ ਇਹ ਵੀ ਸੁਣਿਆ ਹੈ ਕਿ ਯੂਕੇ ਦੇ ਵਿੱਚ ਕੁਝ ਨਿਕਲੀਆਂ ਨੇ ਅਮਰੀਕਾ ਨੇ ਅਨਾਉਂਸ ਕੀਤਾ ਹੈ ਕਿ ਸਾਡੇ ਕੋਲ ਵੀ ਹੈ ਲੇਕਿਨ ਜਦ ਨੂੰ ਇਹ ਆਉਣ ਗਿਆ ਫੀਲਡ ਦੇ ਵਿੱਚ اور ਮਦਾਨਚੌਰ ਸਾਡੇ ਹਸਪਤਾਲ ਸਾਡੇ ਕੇਮਿਸਟ ਦੀ ਦੁਕਾਨਾਂ ਦੇ ਵਿੱਚ ਉਹਨੂੰ ਲੱਗ ਜੂਗਾ 4-5 ਮਹੀਨੇ ਸੋ ਉਦੋਂ ਤਾਈਂ ਸਾਡੇ ਡਾਕਟਰ ਬੜੇ ਕਾਬਲ ਤਰੀਕੇ ਨਾਲ ਇਸ ਨੂੰ ਸਾਬਰੇ ਨੇ ਸੋ ਪਰ ਉਹਨਾਂ ਦਾ ਸੋਸ਼ਲ ਡਿਸਟੈਂਸ ਸੋਸ਼ਲ ਡਿਸਟੈਂਸ ਦਾ ਕੀ ਮਤਲਬ ਹੈ ਕਾਰਨ ਕਿਉਂ ਕਿਉਂਕਿ ਅਸੀਂ ਦੂਰ ਰੱਖਣਾ ਚਾਹੁੰਦੇ ਆ ਇਹ ਆਪਣੇ ਲੋਕਾਂ ਨੂੰ ਬਿਮਾਰੀ ਤੋਂ ਇੱਕ ਵਾਰ ਉਹ ਬਿਮਾਰੀ ਆ ਜੇ ਅਗਰ 2-3 ਮਹੀਨੇ ਬਾਅਦ ਆ ਜੇ ਔਰ ਸਾਡੇ ਕੋਲ ਵੈਕਸੀਨ ਹੈ ਫਿਰ ਤਾਂ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਲੇਕਿਨ ਜਦੋਂ ਤਾਈ ਉਹ ਵੈਕਸੀਨ ਔਰ ਉਹ ਦਵਾਈਆਂ ਤਿਆਰ ਨਹੀਂ ਹੁੰਦੀਆਂ ਸੋਸ਼ਲ ਡਿਸਟੈਂਸਿੰਗ ਔਰ ਡਾਕਟਰ ਕਹਿੰਦੇ ਨੇ ਤਾਂ ਕਿ ਤੁਹਾਨੂੰ ਇਹ ਬਿਮਾਰੀ ਲੱਗੇ ਨਾ ਔਰ ਇਸ ਕਰਕੇ ਤੁਸੀਂ ਇਹਨੂੰ ਦਾ ਧਿਆਨ ਰੱਖੋ ਔਰ ਤੁਸੀਂ ਡਾਕਟਰ ਜੋ ਕਹੇ ਕਹੋ ਔਰ ਵਾਇਗਰੂ ਕਰੇ ਇਹ ਦਵਾਈ ਨਿਕਲੇ ਆਉਣੀ ਹੈ ਕੁਝ ਮਹੀਨਿਆਂ ਚ ਔਰ ਫਿਰ ਆਪਾਂ ਸਾਰਿਆਂ ਨੂੰ ਸੁਰੱਖਿਤ ਕਰ ਸਕਾਂਗੇ ਮੇਰੀ ਕੋਸ਼ਿਸ਼ ਹੁੰਦੀ ਹੈ ਹਰ ਵੇਲੇ ਔਰ ਕਈਆਂ ਨਾਲ ਮੈਂ ਗੱਲ ਕੀਤੀ ਹੋਣੀ ਹੈ ਆਪਣੇ ਫੋਨ ਦੇ ਉੱਪਰ ਮੇਰਾ ਖਿਆਲ ਡੇਲੀ ਮੇਰੇ ਕੋਲ ਕੋਈ 4 500 ਕੋਈ ਸਵਾਲ ਆਉਂਦੇ ਨੇ ਉਹ 4 500 ਦਾ ਤਾਂ ਮੈਂ ਜਵਾਬ ਦੇ ਨਹੀਂ ਸਕਦਾ ਤੁਹਾਨੂੰ ਪਤਾ ਹੈ ਨਹੀਂ ਤਾਂ ਮੇਰਾ ਸਾਰਾ ਕੰਮ ਟੈਲੀਫੋਨ ਤੇ ਲੱਗ ਜਾਊਗਾ ਔਰ ਮੈਂ ਕੋਈ ਸਰਕਾਰ ਦਾ ਕੰਮ ਹੀ ਨਹੀਂ ਕਰ ਸਕੂ ਲੇਕਿਨ ਇਹ ਜਿਹੜਾ ਹੈ ਇਹਦੇ ਵਿੱਚੋਂ ਕੁਝ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਮੈਂ ਮੇਰੇ ਕੋਲ ਆਜਾਈਆਂ ਨੇ ਔਰ ਅੱਜ ਸ਼ੁਰੂਆਤ ਕੀਤੀ ਹੈ ਔਰ ਹਰ ਹਫਤੇ ਨਾਲ ਤੁਹਾਡੇ ਨਾਲ ਇੱਕ ਦਿਨ ਮੈਂ ਲਾਵਾਂਗਾ ਸਾਰੇ ਜਿਹੇ ਸਵਾਲ ਹੈ ਕੁਝ ਤਾਂ ਮੈਂ ਦੇ ਦੇਣਾ ਟੈਲੀਫੋਨ ਤੇ ਪਰ ਜਿਹੜੇ ਬਾਕੀ ਸਵਾਲ ਰਹਿ ਜਾਂਦੇ ਨੇ ਕੁਝ ਅਹਿਮ ਸਵਾਲ ਮੈਂ ਸਮਝ ਹੈ ਔਰ ਤੁਹਾਡੇ ਨਾਲ ਮੈਂ ਇੱਕ ਵਾਰ ਹਫ਼ਤੇ 'ਚ ਜ਼ਰੂਰ ਗੱਲ ਕਰਾਂਗਾ